ਸਿਆਰ ਬੀਬੀ ਸੀ ਦਫ਼ਤਰ ਰਿਪੋਰਟਰ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਅੱਜ ਇੱਕ ਲਾਇਨਸ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਹੁਣ ਤੱਕ 15 ਬੰਦੇ ਰਜਿਸਟਰ ਹੋ ਚੁੱਕੇ ਹਨ ਅਤੇ ਹੋਰ ਇਹਨਾਂ ਦਾ ਟੀਚਾ 100 ਦੇ ਕਰੀਬ ਬਲੱਡ ਡੋਨੇਸ਼ਨ ਦਾ ਹੈ। ਕੈਂਪ ਲਾਇਆ ਤੁਸੀਂ, ਹੁਣ ਤੱਕ ਕਿੰਨੇ ਬੰਦੇ ਰਜਿਸਟਰ ਹੋ ਗਏ ਤੁਹਾਡੇ? ਦੇਖੋ ਜੀ, ਹੁਣ ਤੱਕ 15 ਕੁ ਯੂਨਿਟ ਦਾ ਰਜਿਸਟ੍ਰੇਸ਼ਨ ਹੋ ਚੁੱਕੀ ਹੋ ਚੁੱਕੀ ਹੈ। ਹਾਂਜੀ, ਤੇ ਬਾਕੀ ਸ਼ਾਮ ਤੱਕ ਉਮੀਦ ਆ ਮਹਾਰਾਜ ਕਰੇ ਤੇ ਕਮ ਸੇ ਕਮ ਅਸੀਂ ਟੀਚਾ ਜਿਹੜਾ ਵਾ ਉਹ 100 ਦੇ ਕਰੀਬ ਕੇ ਵਾ 100 ਦੇ ਕਰੀਬ। ਠੀਕ ਹੈ, ਬਹੁਤ ਅੱਛੀ ਗੱਲ। ਕਾਫੀ ਸਾਰੇ ਸਾਡੇ ਮੈਂ ਦੇਖਿਆ ਸੱਜਣ ਆਏ ਹੋਏ ਆ। ਹਾਂਜੀ ਹਾਂਜੀ, ਸਵਰਨਜੀਤ ਸਿੰਘ ਜੀ ਸਾਡੇ ਸੀਨੀਅਰ ਲਾਇਨ ਲੀਡਰ ਆ। ਬਿਲਕੁਲ ਬਿਲਕੁਲ, ਹਾਂਜੀ ਉਹਨਾਂ ਦੇਖਿਆ ਸਾਰੇ। ਕਾਉਂਟਰ ਟੀਮ ਵੀ ਕਾਫੀ ਅੱਛੀ ਆ, ਹਰਿੰਦਰ ਸਿੰਘ ਜੀ ਕੰਡਾ ਕੰਡਾ ਸਾਹਿਬ ਇਹ ਤਾਂ ਮੈਂ ਬਹੁਤ ਜਗ੍ਹਾ ਆਇਆ। ਸੁਖਵਿੰਦਰ ਸ਼ਰਮਾ ਜੀ ਦੀ ਟੀਮ ਜਿਹੜੀ ਆਈ ਹੋਈ ਆ ਜੀ, ਔਰ ਅਸ਼ੋਕ ਸ਼ਰਮਾ ਜੀ ਲਾਇਨ ਬਲਵੰਤ ਸਿੰਘ ਕਪੂਰਥਲਾ ਬਲੱਡ ਬੈਂਕ ਤੋਂ ਜੀ, ਲਾਇਨ ਬਲਵੰਤ ਸਿੰਘ ਸੰਘਰ, ਲਾਇਨ ਸੁਖਜਿੰਦਰ ਸਿੰਘ, ਹਾਂਜੀ ਔਰ ਲਾਇਨ ਨਿਰਮਲ ਸਿੰਘ ਕਲੱਬ ਵੱਲੋਂ ਲਾਈ ਹੈ, ਲਾਇਨ ਕਲੱਬ ਵੱਲੋਂ ਜੀ, ਔਰ ਬਹੁਤ ਜਿਹੜੇ ਆ ਗੁਰਸਿੱਖ ਜਿਹੜੇ ਆ ਗੁਰਪ੍ਰੀਤ ਸਿੰਘ ਜੀ ਉਹਨੇ ਖੂਨਦਾਨ ਕਰਕੇ ਹੋਰ ਵੀਰ ਵੀ ਜਿਹੜੇ ਆ ਲਾਈਨ ਦੇ ਵਿੱਚ ਲੱਗੇ ਹੋਏ ਆ। ਬਹੁਤ ਧੰਨਵਾਦ, ਬਹੁਤ ਅੱਛਾ ਭਰਾ, ਬਹੁਤ ਵਧੀਆ ਗੱਲ ਖਾਸ ਤੌਰ ਤੇ, ਕਿਉਂਕਿ ਜੇ ਖੂਨਦਾਨੀ ਆ ਅਸੀਂ ਸੇਵਾ ਕਰ ਸਕਦੇ ਹਾਂ। ਜੇ ਖੂਨਦਾਨੀ ਨਾ ਹੋਣਗੇ ਤਾਂ ਸੇਵਾ ਕੀ? ਹਾਂਜੀ, ਸੇਵਾ ਕਰਨ ਵਾਲੇ ਪਹਿਲੋਂ ਜਿਹੜੇ ਤਾਂ ਹੀ ਕਾਮਯਾਬ ਆ, ਜੇਕਰ ਖੂਨਦਾਨ ਕਰਨ ਵਾਲੇ ਆਉਣਗੇ ਤਾਂ ਬਿਲਕੁਲ ਖੂਨਦਾਨੀ ਵੀਰਾਂ ਦਾ ਜਜ਼ਬਾ ਦੇਖ ਕੇ ਬਹੁਤ ਖੁਸ਼ੀ ਹੋਈ। ਬਹੁਤ ਵਧੀਆ ਗੱਲ, ਬਹੁਤ ਵਧੀਆ ਗੱਲ। ਨੌਜਵਾਨ ਸਾਰੇ ਜਿਹੜੇ ਬਹੁਤ ਅੱਛੇ, ਬਹੁਤ ਵਧੀਆ ਜੀ ਨੌਜਵਾਨ, ਚੜ੍ਹਦੀ ਕਲਾ ਵਾਲੇ ਨੌਜਵਾਨ ਜਿਹੜੇ ਖੂਨਦਾਨ ਕਰ ਰਹੇ ਆ। ਵੀਰ ਪਹਿਲਾਂ ਹੀ ਮਹੀਨਾ ਪਹਿਲਾਂ ਇਹਨਾਂ ਖੂਨਦਾਨ ਕੀਤਾ, ਇਹਨਾਂ ਵੇਲੇ ਪਹਿਲਾਂ ਵੀ ਕਰਦੇ ਰਹੇ ਹੋਣਗੇ। ਖੂਨਦਾਨ ਕਰ ਚੁੱਕੇ ਹੁਣ ਤੱਕ? 15 ਵਾਰੀ। ਹਾਂਜੀ, ਲਗਾਤਾਰ ਜਿਹੜੇ ਆਏ ਸੇਵਾ ਦੀ ਸਮਰਪਿਤ ਆ ਜੀ। ਬਹੁਤ ਬਹੁਤ ਅੱਛੀ ਗੱਲ, ਸਵਰਨ ਸਿੰਘ ਮਿਹਰਬਾਨੀ, ਧੰਨਵਾਦ ਜੀ ਬਹੁਤ ਤੁਹਾਡਾ ਵੀ।